ਹੋਏ ਗਏ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਵਧੀਆ ਹੋਊਂਗੇ ਲਸ਼ ਜਵਾਨੀ ਵਰਿੰਦਰ ਬਰਾੜ ਫੀਚਰਿੰਗ ਅਬੂ ਅਬੂ ਨਵੀਂ ਆਪਣੀ ਲਾਈਕ ਵੋਕਲਿਸਟ ਆਈ ਆ ਕੁੜੀ ਬਹੁਤ ਸੋਹਣਾ ਗਾਉਂਦੇ ਆ ਲੈਸ ਚੈੱਕ ਇਟ ਮਿਊਜ਼ਿਕ ਗਿੱਲ ਸਾਹਿਬ ਮਿਕਸ ਮਾਸਟਰ ਡੋਲਬੀ ਗੁਰਜੀਤ ਥੈਂਡ ਵੀਰਾ ਵੀਡੀਓ ਨਵ ਧਮਾਣੋ ਖੇ ਆਫਟਰ ਆਫਟਰ ਲਾਈਕ ਕਾਫੀ ਟਾਈਮ ਬਾਅਦ ਨਵ ਧਮਾਣ ਦੀ ਕੋਈ ਵੀਡੀਓ ਦੇਖਣ ਲੱਗਿਆ ਮੈਂ ਡੀ ਓ ਵੀ ਜਗਤਾਰ ਫੀਮੇਲ ਲੀਡ 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 ਤਾਨਿਆ ਚੌਹਾਨ ਲੈਸ ਚੈੱਕ ਇਟ ਬਾਕੀ ਕਾਫੀ ਵੱਡੀ ਟੀਮ ਹੈਗਾ ਇਸ ਚੈੱਕ ਕਰ ਸਕਦੇ ਤੁਸੀਂ ਓਕੇ ਆਈਸਡ ਫਿਰ ਦੇਖੀ ਘੜੀ ਕਿਹੜੀ ਕਾਫੀ ਖਤਰਨਾਕ ਜੀ ਹੈ ਲਸ ਜਵਾਨੀ ਯਾ ਲੈਨ ਲਾਰਡ ਬੇਟਿਆਂ ਕੱਟ ਤੇ ਨਖਰੇ ਪਾਰੇ ਆਏ ਹਾਏ ਕਿ ਮੇਰੇ ਦਿਲ ਸ਼ਿਕਾਰੇ ਕਿੰਨੀ ਸੋਹਣੀ ਕਹਿੰਦੇ ਸਪੈਨਿਸ਼ ਵਾਈਬਸ ਯਾਰ ਵਰਿੰਦਰ ਹੋਰਾਂ ਨੇ ਕਾਸਟ ਇਸ ਤਰੀਕੇ ਨਾਲ ਕੀਤਾ ਕਿ ਐਕਚੁਅਲ 'ਚ ਜਿਹੜੀ ਕੁੜੀ ਐਕਟ ਕਰੇ ਉਹ ਐਕਚੁਅਲ 'ਚ ਫੀਲ ਹੋਵੇ ਉਹਨੂੰ ਦੇਖ ਕੇ ਕਿ ਹਾਂ ਲਾਈਕ ਸ਼ੀ ਕੈਨ ਸੇ ਦੈਟ ਵਰਡਸ ਐਕਚੁਅਲ 'ਚ ਮਤਲਬ ਉਹ ਉਹਦੀ ਹੋਵੇ ਆ ਕਿ ਜਵਾਨੀ ਲਸ਼ ਲਸ਼ ਕਰਦੀ ਹੋਵੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਉਸ ਤਰੀਕੇ ਨਾਲ ਜੇ ਤੇਰੇ ਪੱਟੇ ਆ ਕੁੜੀਏ ਪਾਰੇ ਤਾਂ ਸਾਡੇ ਹੱਥ ਹੈ ਵੀ ਆ ਨਾਰੇ ਮੇਰੀ ਗੰਨ ਦੇ ਵਾਂਗੂ ਮੁਟਿਆਰੇ ਉੱਤੋਂ ਥਿੰਨ ਤੇ ਥੱਲੋਂ ਥਿੱਕ ਨਾਰੇ ਜੇ ਕੋ ਕਾਤੇ ਚਮਕੇ ਕੁੜੇ ਚਮਕੇ ਕੁੜੇ ਤਾਂ ਸਾਡਾ ਅਸਲਾ ਚਾਤੀ ਮਾਰੇ ਉਹ ਸ਼ਾਮੀ ਚਿਲ ਤੇ ਕੁੜੇ ਨੀ ਉਹ ਤਾਂ ਦਿਨੇ ਤੇ ਖਾਈਏ ਤਾਰੇ ਨੀ ਸ਼ਾਮੀ ਹੋਈਏ ਚਿਲ ਤੇ ਕੁੜੇ ਨੀ ਉਹ ਤਾਂ ਦਿਨੇ ਤੇ ਖਾਈਏ ਤਾਰੇ ਇੱਕ ਨਾ ਚਲੋ ਠੀਕ ਹੈ ਬੀਟ ਇਜ਼ ਗੁੱਡ ਐਫਰੋ ਸਟਾਈਲ ਹੈ ਨਾ ਸਪੈਨਿਸ਼ ਫੀਲਸ ਠੀਕ ਹੈ ਬਟ ਥੋੜ੍ਹਾ ਜਿਹਾ ਵੇਰੀਏਸ਼ਨ ਵਿੱਚ ਕਰ ਸਕਦੇ ਸੀ ਥੋੜ੍ਹਾ ਮੈਨੂੰ ਇੱਦਾਂ ਹੋਣ ਲੱਗ ਗਿਆ ਕਿ ਓਕੇ ਇੱਕੋ ਹੀ ਚੀਜ਼ ਚੱਲ ਰਹੀ ਹੈ ਹੋਈ ਥੋੜ੍ਹਾ ਉਹ ਚੀਜ਼ ਮੈਨੂੰ ਲੱਗੀ ਗਾਣਾ ਇਜ਼ ਗੁੱਡ ਠੀਕ ਹੈ ਬਟ ਪਤਾ ਨਹੀਂ ਕੀ ਚੱਕਰ ਥੋੜ੍ਹਾ ਬੀਟ ਤਾਂ ਮੈਨੂੰ ਇੱਦਾਂ ਲੱਗਿਆ ਕਿ ਹਾਂ ਥੋੜ੍ਹੇ ਵੇਰੀਏਸ਼ਨ ਜਾਂ ਥੋੜ੍ਹਾ ਜਿਹਾ ਕਲਿੱਕ ਕਰ ਸਕਦੇ ਇਸ ਚੀਜ਼ ਨੂੰ ਰੱਖੂ ਚੋਬਰਾ ਮੈਨੂੰ ਕਲਮ ਕਹੇ ਮੁਟਿਆਰੇ ਉਹ
ਇਹ ਤਾਂ ਵਰਿੰਦਰ ਬਰਾੜ ਨੇ ਕੰਪਲੀਟ ਕਮਰਸ਼ੀਅਲ ਟਰੈਕ ਕੱਢਿਆ, ਠੀਕ ਹੈ। ਇਹਦੇ 'ਚ ਲਾਈਕ ਵਰਿੰਦਰ ਬਰਾੜ ਟਰਾਈਡ ਟੂ ਬੀ ਅ ਸਮ ਡਿਫਰੈਂਟ ਪਰਸਨ, ਲਾਈਕ ਕਿ ਉਹਨੇ ਕਰੇ ਕਿ ਹਾਂ ਠੀਕ ਹੈ ਤੂੰ ਸੋਹਣੀ ਹੈ, ਤੂੰ ਘੈਂਟ ਆ ਕੇ ਕੁੜੀ ਦੀ ਤਾਰੀਫ ਵੀ ਕਰਤੀ, ਪੂਰੇ ਪੂਰੇ ਤਕੜੇ ਤਰੀਕੇ ਨਾਲ ਕੁੜੀ ਚੋਟੀ ਦੀ ਕੁੜੀ ਦਿਖਾਈ, ਮਤਲਬ ਉਹਨਾਂ ਨੇ ਕੋਸ਼ਿਸ਼ ਕੀਤੀ ਆ ਇੱਕ ਬਾਹਲੀ ਘੈਂਟ ਚੋਟੀ ਦੀ ਟੋਪ ਫਿਗਰ ਲਾਈਕ ਜਿਹੜੀ ਬਾਹਲਾ ਜਿੰਮ ਜੁੰਮ ਲਾ ਕੇ ਹਨ, ਸਰੀਰ ਪੂਰਾ ਘੈਂਟ ਬਣਾਇਆ ਹੋਵੇ, ਹੈ ਨਾ, ਉੱਦਾਂ ਦੀ ਕੁੜੀ ਦੀ ਤਾਰੀਫ ਕਰਤੀ। ਅਤੇ ਉਸ ਤੋਂ ਬਾਅਦ ਇਹ ਗਾਣੇ ਜ਼ਿਆਦਾਤਰ ਵੇਖਿਓ ਲੱਗਣਗੇ ਵੀ ਜਿੰਮ ਜੁੰਮ ਵਾਲੀਆਂ ਜਾਂ ਉੱਦਾਂ ਦੀਆਂ ਕੁੜੀਆਂ ਦੇ ਜ਼ਿਆਦਾਤਰ ਇਹ ਗਾਣੇ ਲਾਉਣਗੀਆਂ। ਉਸ ਤੋਂ ਬਾਅਦ ਜਾਂ ਜਿਹੜੀ ਲਾਈਕ ਕਾਫੀ ਮਾਡਰਨ ਕੱਪੜੇ ਜਾਂ ਥੋੜ੍ਹਾ ਕਲੱਬ ਟਾਈਪ ਫੀਲਸ ਉੱਦਾਂ ਦੀ ਹੈ, ਮੋਸਟਲੀ ਸ਼ਹਿਰੀ ਮਟੀਰੀਅਲ ਜਿਹੜਾ ਆਪਾਂ ਕਹਿ ਸਕਦੇ ਹਾਂ, ਹੋ ਸਕਦਾ ਪੰਜਾਬ ਤੋਂ ਬਾਹਰਲਾ ਜ਼ਿਆਦਾ ਮਟੀਰੀਅਲ ਜ਼ਿਆਦਾ ਲੋਕ ਸੁਣਨ, ਚੰਡੀਗੜ੍ਹ ਹੋ ਗਿਆ, ਦਿੱਲੀ, ਬੰਬੇ, ਉੱਧਰ ਜ਼ਿਆਦਾ ਚੱਲੀ ਇਹ ਚੀਜ਼, ਹੈ ਨਾ। ਉਸ ਤੋਂ ਬਾਅਦ ਕਿਉਂਕਿ ਬੀਟ ਵੀ ਐਫਰੋ ਆ, ਉਹਨਾਂ ਨੂੰ ਜ਼ਿਆਦਾ ਹੀ ਬੀਟ ਦਾ ਪਸੰਦ ਆ, ਉਹ ਵੀ ਉੱਧਰ ਕਲੱਬਾਂ 'ਚ ਇੱਦਾਂ ਦੀ ਬੀਟਾਂ ਸੋਹਣੀਆਂ ਲੱਗਦੀਆਂ ਨੇ, ਠੀਕ ਆ। ਅਤੇ ਖੁਦ ਗੱਲ ਥੋੜ੍ਹੀ ਜੱਟਾਂ ਦੇ ਮੁੰਡੇ ਦੀ ਕਰ ਗਿਆ ਵਰਿੰਦਰ, ਉਹ ਚੀਜ਼ ਵਧੀਆ ਹੋ ਗਈ। ਤਾਂ ਪਤਾ ਕੀ ਹੋ ਗਿਆ, ਆਊਟ ਆਫ ਸਟੇਟਸ ਵੀ ਗ੍ਰੈਬ ਹੋ ਗਿਆ, ਪੰਜਾਬ ਵੀ ਗ੍ਰੈਬ ਹੋ ਗਿਆ। ਪੰਜਾਬ ਦੇ ਜਿਹੜੇ ਮੁੰਡੇ ਨੇ ਉਹ ਉਹਨਾਂ ਲਾਈਨਾਂ ਦੇ ਉੱਤੇ ਗੱਲਾਂ ਕਰਨਗੇ, ਓਬਵੀਅਸਲੀ ਲਾਈਨਾਂ 'ਤੇ ਰੀਲਾਂ ਪਾਉਣਗੇ ਜਾਂ ਜਿੱਦਾਂ, ਕਿਉਂਕਿ ਗਾਣੇ ਅੱਜ ਕੱਲ੍ਹ ਦੋ ਹੀ ਤਰੀਕਿਆਂ ਨਾਲ ਚੱਲਦੇ ਨੇ, ਜਾਂ ਤਾਂ ਉਹ ਗੱਡੀਆਂ ਚੱਲਣਗੇ ਕਿਹੜੀ ਰੂਟ 'ਤੇ, ਸਭ ਤੋਂ ਤਗੜਾ ਤਰੀਕਾ ਗਾਣਾ ਚੱਲਣ ਦਾ ਅੱਜ ਕੱਲ੍ਹ ਰੀਲ ਤਾਂ ਟਿਕਟੋਕ ਆ, ਇਹ ਉਹਨਾਂ 'ਤੇ ਚੱਲ ਗਿਆ ਅਤੇ ਬਸ ਵਿੱਚ ਚੱਲ ਗਿਆ। ਅਤੇ ਵਰਿੰਦਰ ਦੇ ਸੁੱਖ ਨਾਲ ਗਾਣੇ ਚੱਲ ਜਾਂਦੇ ਆ ਇਹਨਾਂ ਚੀਜ਼ਾਂ 'ਤੇ। ਆਹ ਤਾਂ ਵੀ ਐਫ ਐਕਸ ਆ ਸਾਰਾ, ਸੀ ਜੀ ਆਈ ਵਰਕ ਲਾਈਕ ਜਿਵੇਂ ਹੁੰਦਾ ਨਾ ਥੋੜ੍ਹਾ ਜਿਹਾ ਉਹਦਾ ਦੀ ਚੀਜ਼ ਆ, ਜਿਵੇਂ ਕੋਈ ਗੇਮ ਘੁੰਮਦੀ ਆ, ਕਿਉਂਕਿ ਵਰਿੰਦਰ ਦਾ ਵਿੱਚ ਇੱਥੇ ਇੱਕ ਸ਼ੋਟ ਆਇਆ ਸੀਗਾ, ਆਹ ਦੇਖੋ ਇੱਥੇ ਸਭ ਪਤਾ ਲੱਗ ਰਿਹਾ ਕਿ ਵਰਿੰਦਰ ਨੇ ਇੱਥੇ ਖੜ੍ਹਾ ਕੀਤਾ, ਅਤੇ ਪਿੱਛੇ ਫਿਰ ਆਹ ਚੀਜ਼ ਲਾਈਕ ਹੋਰ ਤਰ੍ਹਾਂ ਦੀ ਆ, ਫਰਕ ਹੈ, ਠੀਕ। ਇੱਥੇ ਇਹਦੇ ਕਲਰਸ 'ਚ ਥੋੜ੍ਹਾ ਥੋੜ੍ਹਾ ਫਰਕ ਆ ਰਿਹਾ, ਕਿਉਂਕਿ ਇੱਥੇ ਸ਼ੈਡੋ ਆ, ਥੱਲੇ ਸ਼ੈਡੋ ਨਹੀਂ ਮੈਨੂੰ ਕੋਈ ਜ਼ਿਆਦਾ ਦਿਖੀ, ਹੈ ਨਾ। ਇੱਕ ਮਿੰਟ ਪਿੱਛੇ ਆਉਂਦੇ ਆ ਥੋੜ੍ਹਾ ਜਿਹਾ, ਹੈਗੀ ਸ਼ੈਡੋ, ਹੈਗੀ ਹਲਕੀ ਹਲਕੀ ਸ਼ੈਡੋ ਇਸ ਦੇ, ਬਸ ਸਟਿਲ ਲਾਈਕ ਜੋ ਫੇਸ 'ਤੇ ਥੋੜ੍ਹੀ ਰੋਸ਼ਨੀ ਦਾ ਡਿਫਰੈਂਟ ਤਰੀਕੇ ਦਾ ਚੀਜ਼ ਹੈ ਨਾ, ਉਹ ਪਤਾ ਲੱਗਦੀ ਹੈ ਕਿ ਹਾਂ ਇਹ ਇੱਥੇ ਟਕਾਈ ਗਈ ਹੈ ਚੀਜ਼ ਇਹ, ਠੀਕ ਹੈ, ਵੀ ਐਫ ਐਕਸ ਨਾਲ। ਪਰ ਨਵ ਬਹੁਤ ਸੋਹਣਾ ਕੰਮ ਕਰਦਾ ਐਕਚੁਅਲ 'ਚ, ਕੋਈ ਚੀਜ਼ ਦੇਖ ਕੇ ਆ ਦੇਖੋ ਪੂਰਾ ਐਨ, ਹਰ ਇੱਕ ਫੁਟੇਜ ਹਰ ਇੱਕ ਚੀਜ਼ ਬੜੀ ਕ੍ਰਿਸਪ ਕਲੀਅਰ ਜਿਹਾ ਹੁੰਦੇ ਆ, ਕਲਰਸ ਬੜੇ ਪਰਫੈਕਟ ਹੁੰਦੇ ਆ, ਆਹ ਦੇਖੋ ਕਿੰਨਾ ਪਰਫੈਕਟ ਕਲਰ ਆ, ਸਕਿਨ ਟੋਨ ਇਜ਼ ਐਕਚੁਅਲੀ ਗੁੱਡ। ਓਕੇ, ਵੀ ਐਫ ਐਕਸ ਸਵਰਨ ਕ੍ਰੀਏਸ਼ਨ ਫੀਨਿਕਸ ਐਡੀਟਿੰਗ ਸਟੂਡੀਓ ਐਡਿਟ ਕਲਰ ਡੀ ਆਈ ਇਹਨਾਂ ਨੇ ਕੀਤਾ, ਫੀਨਿਕਸ ਉਹਨਾਂ ਨੇ ਮੇਕਅਪ ਗੌਤਮ ਹੈਰਿਕ ਦਾ, ਉਹ ਕਾਫੀ ਬੜੀ ਟੀਮ ਹੈ ਗਾਈਜ਼। ਐਕਚੁਅਲੀ ਇਹ ਗੁੱਡ ਟਰੈਕ, ਐਕਚੁਅਲੀ ਇਹ ਗੁੱਡ ਕਮਰਸ਼ੀਅਲ ਟਰੈਕ, ਅਤੇ ਇਹ ਗਾਣਾ ਮੈਨੂੰ ਕਾਫੀ ਜ਼ਿਆਦਾ ਉਮੀਦ ਹੈ ਕਿ ਕਾਫੀ ਵੱਡਾ ਜਾ ਸਕਦਾ ਵਰਿੰਦਰ ਦਾ। ਸਤਿ ਸ਼੍ਰੀ ਅਕਾਲ।